नमस्कार, तुसी वेख रहे हो एचएसएन न्यूज़। मैं हरीश तुहाडे नाल इस वेले दी वड्डी अपडेट लैके हाजिर होया रूस यूक्रेन दे युद्ध नूं। तुहानूं दस दईए रूस यूक्रेन दे युद्ध नूं अज 61 दिन तों ज़्यादा हो चुके ने और युद्ध हाले तक जारी है और रुकण दा नाम नहीं लै रहा। तुहानूं दस दईए खारकीव दी गल करिए तां उत्थे मिज़ाइल अटैक होए ने जिस विच 14 लोग जख्मी होए ने, 2 लोगों की मौत दसी जा रही है। गल करिए असी ओडेसा दी तां ओडेसा दे विच वी मिज़ाइल अटैक होया और उस अटैक दे विच 10 लोग जख्मी दसे जा रहे ने, पर मरण वालियां दी संख्या उत्थे हाले तक उजागर नहीं की गई है। तुहानूं दस दईए अमेरिका दे विदेश मंत्री ते अमेरिका दे रक्षा मंत्री लॉयड ऑस्टिन उन्होंने कीव दा दौरा कीता है जेलेंस्की दे नाल उस इलाके दे विच जिथे रूस दी सेना लगातार गोलाबारी कर रही है, मिजाइल अटैक हो रहे ने और यूक्रेन दी राजधानी कीव दे विच लगातार हमले जारी ने, पर हाले तक रूस कीव दे उत्ते अपना कब्जा जमाउण दे विच कामयाब नहीं होया। उस इलाके दे विच पहली बार विजिट कीती है जदों दा इह युद्ध शुरू होया अमेरिका दे रक्षा मंत्री ते अमेरिका दे विदेश मंत्री ने। तुहानूं दस दईए एंटनी ब्लिंकन जो अमेरिका दे विदेश मंत्री ने ते लॉयड ऑस्टिन जो अमेरिका दे रक्षा मंत्री ने जेलेंस्की दे नाल मिलके इन्हां ने मीटिंग कीती है, कीव दा दौरा कीता है और तुहानूं दस दईए यूक्रेन दे एक मंत्री ने एक साक्षात्कार यानी इंटरव्यू दे विच खुलासा कीता है कि उन्हां दी पहली मीटिंग जेलेंस्की दे नाल कीव दे विच होई है और उस मीटिंग दे विच जेलेंस्की ने ਇਹ ਮੰਗ ਰੱਖੀ ਹੈ ਅਮਰੀਕਾ ਦੇ ਅੱਗੇ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਹਥਿਆਰ ਮੁਹੱਈਆ ਕਰਾਏ ਜਾਣ। ਪੱਛਮੀ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜਿੰਨੇ ਹਥਿਆਰ ਭੇਜੇ ਨੇ ਹਾਲੇ ਤੱਕ ਯੂਕਰੇਨੀ ਸੈਨਾ ਉਹਨਾਂ ਹਥਿਆਰਾਂ ਦਾ ਇਸਤੇਮਾਲ ਕਰ ਚੁੱਕੀ ਹੈ, ਪਰ ਜੇਲੈਂਸਕੀ ਰੂਸ ਦੇ ਸਾਹਮਣੇ ਝੁਕਣ ਲਈ ਤਿਆਰ ਨਹੀਂ ਹੈ, ਰੁਕਣ ਲਈ ਤਿਆਰ ਨਹੀਂ ਹੈ। ਇਸ ਲਈ ਉਹ ਲਗਾਤਾਰ ਅਮਰੀਕਾ ਹੋਏ ਭਾਵੇਂ ਨਾਟੋ ਕੰਟਰੀਜ਼ ਹੋਣ ਜਾਂ ਬ੍ਰਿਟੇਨ ਹੋਵੇ ਹਰ ਕਿਸੇ ਕੋਲੋਂ ਹਥਿਆਰਾਂ ਦੀ ਮੰਗ ਕਰ ਰਹੇ ਨੇ। ਤੁਹਾਨੂੰ ਦੱਸ ਦਈਏ ਪਲੇਨਸ ਦੀ ਮੰਗ ਕੀਤੀ ਗਈ ਹੈ, ਫਾਈਟਰ ਜੈਟਸ ਦੀ ਮੰਗ ਕੀਤੀ ਗਈ ਹੈ, ਨਾਲ ਨਾਲ ਵੱਡੇ ਵੱਡੇ ਹਥਿਆਰਾਂ ਦੀ ਮੰਗ ਕੀਤੀ ਗਈ ਹੈ ਤਾਂ ਕਿ ਯੂਕਰੇਨ ਰੂਸ ਦੇ ਨਾਲ ਆਪਣੀ ਜੰਗ ਜਾਰੀ ਰੱਖ ਸਕੇ। ਤੁਹਾਨੂੰ ਦੱਸ ਦਈਏ 61 ਦਿਨ ਹੋ ਚੁੱਕੇ ਨੇ ਪਰ ਹਾਲੇ ਤੱਕ ਇਹ ਯੁੱਧ ਜਾਰੀ ਹੈ, ਪਰ ਕੋਈ ਵੀ ਮੁਲਕ ਇਸ ਯੁੱਧ ਨੂੰ ਬੰਦ ਕਰਵਾਉਣ ਦੇ ਵਿੱਚ, ਖਤਮ ਕਰਵਾਉਣ ਦੇ ਵਿੱਚ ਅੱਗੇ ਨਹੀਂ ਆਇਆ। ਪਰ ਤੁਰਕੀ ਨੇ ਹਾਲ ਹੀ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਉੱਥੋਂ ਦੇ ਰਾਸ਼ਟਰਪਤੀ ਨੇ ਕਿ ਮੈਂ 48 ਘੰਟਿਆਂ ਦੇ ਵਿੱਚ ਇਸ ਯੁੱਧ ਨੂੰ ਖਤਮ ਕਰਵਾ ਦਿਆਂਗਾ, ਪਰ ਉਹ ਜਿਹੜੇ ਬਿਆਨ ਨੇ ਉਹ ਵੀ ਬੇਬੁਨਿਆਦ ਸਾਬਤ ਹੋ ਰਹੇ ਨੇ। ਹਾਲਾਂਕਿ ਮਾਰੀਓਪੋਲ ਦੇ ਵਿੱਚ ਸਟੀਲ ਫੈਕਟਰੀ ਦੇ ਵਿੱਚ ਹਮਲੇ ਮਿਜ਼ਾਈਲ ਅਟੈਕ ਦੇ ਜਾਰੀ ਨੇ ਰਸ਼ੀਆ ਦੇ ਔਰ ਉਸ ਸਟੀਲ ਫੈਕਟਰੀ ਦੇ ਵਿੱਚ 1000 ਦੇ ਕਰੀਬ ਆਮ ਜਨਤਾ ਔਰ ਕਈ ਜਿਹੜੇ ਯੂਕਰੇਨੀ ਫੌਜੀ ਨੇ ਉੱਥੇ ਸ਼ਰਨ ਲਏ ਹੋਏ ਨੇ ਔਰ ਕਈ ਘਾਇਲ ਹਾਲਤ ਦੇ ਵਿੱਚ ਲੋਕ ਉੱਥੇ ਸ਼ਾਮਲ ਨੇ। ਪਰ ਰੂਸ ਦੇ ਲਗਾਤਾਰ ਉਸ ਫੈਕਟਰੀ ਦੇ ਇਰਦ ਗਿਰਦ ਹਮਲੇ ਜਾਰੀ ਨੇ, ਮਾਰੀਓਪੋਲ ਦੇ ਵਿੱਚ ਹਾਲੇ ਤੱਕ ਯੁੱਧ ਜਾਰੀ ਹੈ। ਤੁਹਾਨੂੰ ਦੱਸ ਦਈਏ ਖਾਰਕੀਵ ਦੀ ਹਾਲਤ ਵੀ ਇਸੇ ਤਰ੍ਹਾਂ ਬਣੀ ਹੋਈ, ਉੱਥੇ ਕਈ ਲੋਕਾਂ ਦੇ ਮਰਨ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕੀਵ ਹੋਵੇ, ਓਡੇਸਾ ਹੋਵੇ, ਬੂਚਾ ਹੋਵੇ, ਮਾਰੀਓਪੋਲ ਹੋਵੇ, ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਲਗਾਤਾਰ ਤਬਾਹੀ ਦਾ ਆਲਮ ਹੈ ਯੂਕਰੇਨ ਦੇ ਵਿੱਚ, ਪਰ ਯੂਕਰੇਨ ਦੇ ਰਾਸ਼ਟਰਪਤੀ ਜੇਲੈਂਸਕੀ ਹਾਲੇ ਵੀ ਝੁਕਣ ਦੇ ਲਈ ਤਿਆਰ ਨਹੀਂ ਹੈ। ਇਹ ਯੁੱਧ ਕਿੱਥੋਂ ਤੱਕ ਜਾਏਗਾ, ਕਿੱਥੋਂ ਤੱਕ ਯੂਕਰੇਨ ਦੇ ਵਿੱਚ ਤਬਾਹੀ ਹੋਏਗੀ, ਇਹਦੇ ਬਾਰੇ ਹਾਲੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਤੁਸੀਂ ਵੇਖ ਰਹੇ ਹੋ HSN ਨਿਊਜ਼, ਇਸ ਖਾਸ ਰਿਪੋਰਟ ਦੇ ਨਾਲ ਮੈਂ ਸੀ ਹਰੀਸ਼।